और अब चलते हैं कसूर की खबरों की जानिब। कसूर में बासठ जिम्मेदार ने गरीब किसानों का नहरी पानी वाला नाला बंद कर दिया। किसानों की सैकड़ों एकड़ फसल नहरी पानी ना लगने से तबाह। मजीद तफसील देखते हैं अशरफ सावल की इस रिपोर्ट में। कसूर के इलाके हुसैन खां वाला में बासर जमींदार अब्दुल्ला नामी शख्स ने गरीब किसानों का जीना मुहाल कर दिया। पहले उनका सरकारी रास्ता जो उनके घरों को जाता था वो रोक के फसल वहाँ बीज दी। नहरी पानी लगने वाला जो सरकारी नाला था उसे भी गिरा दिया और उस जगह पे फसल खड़ी कर दी। मुतलका लोगों का कहना है कि ਸਾਡਾ ਰਸਤਾ ਜਿਹੜਾ ਇੱਥੋਂ ਆ ਰਿਹਾ ਨਹਿਰ ਦੇ ਪਾਰ ਬੋਟ ਦੇ ਨਾਲ ਨਾਲ 16.5 ਫੁੱਟ ਰਸਤਾ ਹੈ ਜਿਹੜਾ ਕਿ ਸ਼ਿਜਰੇ ਦੇ ਐਕਸ਼ਿਜਰੇ ਉੱਤੇ ਮੌਜੂਦ ਹੈ। ਉਹ ਬਾਸਰ ਲੋਕ ਹੈ ਅਬਦੁੱਲਾ ਵਲ ਅਦਰੀਸ, ਉਹਨੇ ਰਸਤਾ ਬੰਦ ਕੀਤਾ। ਬੰਦ ਕਰਕੇ ਤੇ ਉੱਥੇ ਜਿਹੜੀ ਫਸਲ ਕਾਸ਼ਤ ਕੀਤੀ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਰਸਤਾ ਸਾਨੂੰ ਦਿੱਤਾ ਜਾਵੇ। ਸਾਨੂੰ ਉਹਨੇ ਰਸਤਾ ਦੇਣ ਦੀ ਬਜਾਏ ਵੀ ਤੁਸੀਂ ਮੇਰੇ ਕੋਲ ਰਸਤਾ ਮੰਗਦੇ ਜੇ, ਉਹਨੇ ਸਾਡਾ ਨਹਿਰੀ ਬੰਦ ਪਾਣੀ ਬੰਦ ਕਰ ਦਿੱਤਾ। ਇਹ ਸਾਡੀ 40 ਏਕੜ ਜ਼ਮੀਨ ਹੈ, ਨਾਲ ਰਿਆਲ ਭੁੱਟਾ ਸਾਹਿਬ ਦੀ 40 ਏਕੜ ਜ਼ਮੀਨ ਹੈ। 80 ਏਕੜ ਨਹਿਰ ਦਾ ਪਾਣੀ ਉਹਨੇ ਬੰਦ ਕੀਤਾ, ਕੋਈ ਪਾਣੀ ਨਹੀਂ ਲੱਗਦਾ ਪਿਆ। ਸਾਡੀਆਂ ਜਿਹੜੀਆਂ ਫਸਲਾਂ ਨੇ ਸਾਰੀਆਂ ਸੁੱਕ ਗਈਆਂ ਪਈਆਂ ਨੇ। ਟਿਊਬਵੈਲ ਜਿਹੜਾ ਬਿਜਲੀ ਬੜੀ ਘੱਟ ਆ ਰਹੀ, ਟਿਊਬਵੈਲ 'ਤੇ ਪਾਣੀ ਪੂਰਾ ਨਹੀਂ ਆਉਂਦਾ ਪਿਆ। ਅਸੀਂ ਇੰਨੇ ਪਰੇਸ਼ਾਨ, ਅਸੀਂ SHO ਸਾਹਿਬ ਦੇ ਦਰਖਾਸਤ ਦਿੱਤੀ। SHO ਸਾਹਿਬ ਨੇ ਮਸਜਿਦ 'ਚ ਬਾ ਕੇ ਕੁਰਾਨ ਇਤਿਹਾਸ ਲਿਖਾ ਕੇ ਸਾਡੀ ਸੁਲ੍ਹਾ ਕਰਾ ਦਿੱਤੀ। ਉਹਨੂੰ ਆਖਿਆ ਜਾ ਕੇ ਇਹਨਾਂ ਨੂੰ ਰਸਤਾ ਵੀ ਦੇ ਦੇ ਅਤੇ ਇਹਨਾਂ ਨੂੰ ਖਾਲ ਵੀ ਕੱਢਣ ਦੇ। ਉਹਨੇ ਜੀ ਠੀਕ। ਉਸ ਤੋਂ ਪਿੱਛੇ ਜਾ ਕੇ ਜਨਾਬ ਅਸੀਂ DPO ਸਾਹਿਬ ਦੇ ਉਦੋਂ ਪਹਿਲੇ ਦਰਖਾਸਤ ਦਿੱਤੀ ਸੀ, ਆਪਣਾ AC ਸਾਹਿਬ ਦੇ ਦਰਖਾਸਤ ਦਿੱਤੀ। AC ਸਾਹਿਬ ਨੇ ਮਾਰਕ ਕੀਤਾ ਤਹਿਸੀਲਦਾਰ ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਮੌਕੇ 'ਤੇ ਆਏ, ਇਹਨੂੰ ਨਾਲ ਕੇ ਨਿਸ਼ਾਨਦੀ ਕਰ ਕੇ ਰਸਤਾ ਵੀ ਖੋਲ੍ਹ ਦਿੱਤਾ ਜਾਏ। ਉਹਦੇ 'ਤੇ ਵੀ ਕੋਈ ਅਮਲ ਨਹੀਂ ਕੀਤਾ। ਫਿਰ ਅਸੀਂ ਮਹਿਕਮਾ ਨਹਿਰ ਦੇ ਐਕਸ਼ਨ ਸਾਹਿਬ ਕੋਲ ਗਏ, SDO ਸਾਹਿਬ ਕੋਲ ਗਏ, ਜ਼ਿਲ੍ਹੇਦਾਰ ਕੋਲ ਗਏ, ਪਟਵਾਰੀ ਕੋਲ ਗਏ। ਸਾਰਿਆਂ ਨੂੰ ਬਾਈ ਰਿਟਰਨ ਦਿੱਤਾ ਵੀ ਜਨਾਬ ਸਾਡਾ ਖਾਲਾ ਖੁਲਵਾਓ, ਇਹਨੇ ਖਾਲਾ ਬੰਦ ਕੀਤਾ, ਸਾਡੀਆਂ ਫਸਲਾਂ ਸੁੱਕ ਗਈਆਂ ਸੀ, ਸਾਡੇ ਬੱਚੇ ਭੁੱਖੇ ਮਰ ਗਏ। ਉਹਨਾਂ ਨੇ ਜਨਾਬੇ ਸਾਡੀ ਬੜੀ ਕੋਸ਼ਿਸ਼ ਕੀਤੀ, ਲੇਕਿਨ ਉਹ ਕਹਿੰਦਾ ਨਹੀਂ ਸੀ ਮੈਂ ਨਹੀਂ ਇੱਕ ਦਿਨ ਜ਼ਿਆਦਾ ਬੰਦਾ ਜੀ ਖਾਲਾ ਨਾ ਹੋ ਕੇ ਨਿਕਲ ਗਿਆ, ਤਾਂ ਉਹ ਬਜਾਏ ਖਾਲਾ ਨਿਕਲ ਆਏ, ਉਹ ਖਾਲਾ ਨਿਕਲਾ ਨਹੀਂ, ਬੰਦ ਕਰ ਦਿਆ ਉਸਨੇ। ਜੋ ਪਹਿਲੇ ਹਮਾਰਾ ਖਾਲਾ ਥਾ ਨਾ, ਜੋ ਪ੍ਰਾਈਵੇਟ ਤੌਰ ਪਰ ਆਤਾ ਥਾ, ਉਹ ਵੀ ਜੋ ਹੈ ਨਾ ਉਸਨੇ ਬੰਦ ਕਰ ਦਿਆ। ਖੇਤ ਹਮਾਰਾ ਇਹ ਸਾਥ ਹੈ, ਤਕਰੀਬਨ 70-80 ਏਕੜ ਜੋ ਹੈ ਨਾ ਉਹ ਜ਼ਮੀਨ ਹੈ ਜਿਸਕਾ ਨਾ ਬੰਦ ਹੋਇਆ, ਔਰ ਉੱਪਰ ਸੇ ਜਨਾਬ ਇਹ ਫਸਲੇ ਸੁੱਕ ਰਹੀ ਹੈ, ਲਾਈਟ ਆਤੀ ਨਹੀਂ ਹੈ, ਹਮ ਤੋ ਪਰੇਸ਼ਾਨ ਹੈ। ਜਦੋਂ ਖੁਦਾ ਕਾ ਕਰਨਾ ਹੋਇਆ ਕਿ ਅੱਲਾ ਕੀ ਰਹਿਮਤ ਹੋ ਗਈ ਬਾਰਿਸ਼ ਹੋਈ, ਜਿਸ ਦੀ ਵਜ੍ਹਾ ਸੇ ਇਸ ਮਹੀਨੇ ਕੀ 18 ਤਰੀਕ 15-18-18-9 ਕੋ 4 ਮਹੀਨੇ ਹੋ ਜਾਣ ਹਮਾਰੇ ਪਾਣੀ ਬੰਦ ਹੋਵੇ ਕੋ, ਇੱਕ ਮਹੀਨਾ ਨਹਿਰ ਰਹਿ ਗਈ ਹੈ। ਆਪ ਸਾਈਡ ਸੇ ਜਾ ਕੇ ਚੈੱਕ ਕਰੇ, ਵਾਕਈ ਉਨਕਾ ਪਾਣੀ ਬੰਦ ਹੈ, ਉਨਕਾ ਰਸਤਾ ਬੰਦ ਕੀਆ, ਔਰ ਫਿਰ ਵੀ ਜੋ ਉਨਕੀ ਵਾਲਦਾ ਹੈ ਉਹ ਕੱਪੜੇ ਫਾੜ ਲੈਤੀ ਹੈ, ਥਾਣੇ ਚਲੀ ਜਾਤੀ ਹੈ, ਜਾ ਕੇ ਕਹਿੰਦੀ ਮੇਰੇ ਸਾਥ ਜ਼ਿਆਦਤੀ ਹੋਈ ਹੈ, ਹਮਾਰਾ ਪਰਚਾ ਕਰਵਾ ਦਿੱਤੀ ਹੈ। ਆਪ ਉਹਨਾਂ ਨੇ ਕੱਲ੍ਹ ਪਰਸੋਂ ਫਿਰ ਇੱਕ ਚੈਨਲ ਫਿਰ ਇੰਟਰਵਿਊ ਦਿਆ ਹੈ ਕਿ ਜਨਾਬ ਹਮਾਰੀ ਜ਼ਮੀਨ ਉਹਨਾਂ ਨੇ ਕਾਸ਼ਤ ਕਰ ਲਈ ਹੈ, ਜਾ ਕੇ ਦੇਖ ਲਓ ਅਗਰ ਕਿਤੇ ਕਹੀਂ ਜ਼ਮੀਨ ਕਾਸ਼ਤ ਹੋਈ ਹੈ ਤਾਂ ਮੈਂ ਗੋਲੀ ਮਾਰ ਲਾਂ। DPO ਕਸੂਰ, DCO ਕਸੂਰ, AC ਕਸੂਰ ਸਮੇਤ ਤਮਾਮ ਹਕਾਮ ਕੋ ਦਰਖਾਸਤਾਂ ਦੀ ਗਈ, ਲੇਕਿਨ ਅਭੀ ਤੱਕ ਕੋਈ ਕਾਰਵਾਈ ਅਮਲ ਮੇਂ ਨਾ ਆ ਸਕੀ। ਅਲਬੱਤਾ ਥਾਣਾ ਗੰਡਾ ਸਿੰਘ ਮੇਂ ਅਬਦੁੱਲਾ ਨਾਮੀ ਸ਼ਖਸ ਕੇ ਖਿਲਾਫ਼ ਮੁਕੱਦਮਾ ਵੀ ਇਸੀ ਹਵਾਲੇ ਸੇ ਦਰਜ ਹੁਆ, ਲੇਕਿਨ ਫਿਰ ਵੀ ਕੋਈ ਕਾਰਵਾਈ ਅਮਲ ਮੇਂ ਨਾ ਆ ਸਕੀ। ਮੁਤਾਸਰੀਨ ਨੇ ਵਜ਼ੀਰ ਆਲਾ ਪੰਜਾਬ, ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ, ਵਜ਼ੀਰ ਆਜ਼ਮ ਸੇ ਅਪੀਲ ਕੀ ਹੈ ਕਿ ਖੁਦਾਰਾ ਹਮਾਰੀ ਜਲਤੀ ਹੋਈ ਫਸਲੋਂ ਕੋ ਬਚਾਇਆ ਜਾਏ ਔਰ ਨਹਿਰ ਕਾ ਪਾਣੀ ਜਿਸ ਨਾਲੇ ਸੇ ਲਗਤਾ ਹੈ ਵੋ ਨਾਲਾ ਬਹਾਲ ਕਰਵਾਇਆ ਜਾਏ। ਕੈਮਰਾਮੈਨ ਟੀਮ ਕੇ ਸਾਥ ਫਸਟ ਨਿਊਜ਼ ਕਸੂਰ।